ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਕਿ ਭਗਵੰਤ ਮਾਨ ਨੇ ਜਦੋਂ ਆਪਣੇ ਸੀਐਮ ਬਣੇ ਸੀਗੇ ਉਦੋਂ ਕਿਹਾ ਸੀਗਾ ਕਿ 35 ਹਜ਼ਾਰ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਪੱਕੇ ਕੀਤੇ ਜਾਣਗੇ ਤਾਂ ਇਹਦੇ ਬਾਰੇ ਜਿਹੜਾ ਹਾਈ ਕੋਰਟ ਦਾ ਕੀ ਫੈਸਲਾ ਹੈ ਹਾਈ ਕੋਰਟ ਕੀ ਕਹਿੰਦਾ ਇਹਨੂੰ ਲੈ ਕੇ ਉਹਦੇ ਬਾਰੇ ਆਪਾਂ ਅੱਧੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਚਾ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇ ਹੁਣ ਵੈਕੈਂਸੀਆਂ ਨਿਕਲਣਗੀਆਂ ਉਹਨਾਂ ਦੇ ਨੋਟੀਫਿਕੇਸ਼ਨ ਆਉਣਗੇ ਤਾਂ ਕੋਈ ਵੀ ਤੁਹਾਡੀ ਜਿਹੜੀ ਭਰਤੀ ਹੈ ਨਾ ਰਹਿ ਜਾਵੇ ਇਹਦੇ ਲਈ ਤੁਸੀਂ ਬੈਲ ਆਈਕਨ ਨੂੰ ਜ਼ੋਰ ਪ੍ਰੈਸ ਕਰੋ ਤਾਂ ਹਾਈ ਕੋਰਟ ਇਹਦੇ ਰਿਲੇਟਡ ਕੀ ਕਹਿੰਦਾ ਜਿਹੜਾ ਆਪਣਾ ਪੰਜਾਬ ਅਤੇ ਹਰਿਆਣਾ ਦਾ ਇੱਕ ਹਾਈ ਕੋਰਟ ਹੈ ਉਹ ਖੱੱਚੇ ਮੁਲਾਜ਼ਮ ਜਿਹੜੇ ਲੱਗਦੇ ਨੇ ਉਹਨਾਂ ਦੇ ਰਿਲੇਟਡ ਅੱਗੇ ਦੀ ਕਾਰਵਾਈ ਲਈ ਕੀ ਫੈਸਲਾ ਕੀਤਾ ਹੈ ਉਹ ਆਪਾਂ ਆਡੀਓ ਵੀਡੀਓ ਵਿੱਚ ਦੇਖਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਤੇ ਡੇਟ ਦੇਖੋ ਪਰੰਦਾ ਅਪ੍ਰੈਲ 10 2022 ਠੀਕ ਹੈ 6 ਵਜੇ ਦੇ ਨੇੜੇ ਤੇ ਜਿਹੜੀ ਹੈਗੀ ਹੈ ਇਹ ਨਿਊਜ਼ ਹੈ ਜਨਤਕ ਇਖਤਿਆਰਤੋਂ ਬਿਨਾਂ ਠੇਕੇ ਦੇ ਆਧਾਰ ਤੇ ਨਿਯੁਕਤ ਕਰਮਚਾਰੀ ਨੂੰ ਰੈਗੂਲਾਈਜੇਸ਼ਨ ਦਾ ਅਧਿਕਾਰ ਨਹੀਂ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਹ ਦੇਖੋ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਇਹ ਹੈ ਕਿ ਕੋਈ ਵੀ ਜਦੋਂ ਤੁਸੀਂ ਭਰਤੀ ਕਰਦੇ ਹੋ ਜੇਕਰ ਉਹ ਜਨਤਕ ਨਹੀਂ ਹੈ ਜਨਤਕ ਇਖਤਿਆਰ ਦਾ ਮਤਲਬ ਨਿਊਜ਼ਪੇਪਰ ਦੇ ਵਿੱਚ ਆਣੀ ਚਾਹੀਦੀ ਹੈ ਉਹ ਜਾਂ ਫਿਰ ਤੁਸੀਂ ਔਨਲਾਈਨ ਜਿਹੜੇ ਹੈਗੀ ਹੈ ਵੈਬਸਾਈਟ ਤੇ ਆਣੀ ਚਾਹੀਦੀ ਹੈ ਕਿਤੇ ਨਾ ਕਿਤੇ ਜੇਕਰ ਉਹ ਮਤਲਬ ਉਹ ਜਿਹੜੀ ਵੈਕੈਂਸੀ ਹੈ ਕੋਈ ਵੀ ਤੁਸੀਂ ਕੱਢ ਰਹੇ ਹੋ ਉਹ ਆਣੀ ਚਾਹੀਦੀ ਹੈ ਜਨਤਾ ਦੇ ਵਿੱਚ ਆਣੀ ਚਾਹੀਦੀ ਹੈ ਉਹ ਉਹਦਾ ਇੱਕ ਇਸ਼ਤਿਹਾਰ ਹੈ ਜਿਹੜਾ ਉਹ ਜਨਤਾ ਦੇ ਵਿੱਚ ਆਣਾ ਚਾਹੀਦਾ ਹੈ ਫਿਰ ਜਿਹੜਾ ਹੈਗਾ ਉਹ ਮੰਨਿਆ ਜਾਊਗਾ ਜਨਤਕ ਇਸ਼ਤਿਹਾਰ ਜੇਕਰ ਉਸ ਤੋਂ ਬਿਨਾ ਤੁਸੀਂ ਕੋਈ ਵੀ ਠੇਕੇ ਦੇ ਆਧਾਰ ਤੇ ਜਿਹੜੀ ਹੈਗੀ ਕੋਈ ਨਿਯੁਕਤੀ ਕਰਦੇ ਹੋ ਤਾਂ ਉਹ ਰੈਗੂਲੇਸ਼ਨ ਦਾ ਅਧਿਕਾਰ ਉਹਨੂੰ ਨਹੀਂ ਹੈ ਯਾਨੀ ਕਿ ਉਹ ਪੱਕੇ ਜਿਹੜੇ ਹੈਗੇ ਨੇ ਉਹ ਨਹੀਂ ਹੋ ਸਕਦੇ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਕਹਿੰਦਾ ਇੱਕ ਹੋਰ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਇੱਕ ਹੋਰ ਨਿਊਜ਼ ਜਿਹੜੀ ਹੈਗੀ ਆ ਦੇਖੋ ਦੂਸਰੇ 'ਚ ਕੀ ਕਿਹਾ ਇੱਕ ਘੰਟਾ ਪਹਿਲਾਂ ਇਹ ਵੀ ਖ਼ਬਰ ਸੀਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਬਿਨਾਂ ਕਿਸੇ ਇਸ਼ਤਿਹਾਰ ਤੇ ਠਿੱਕੇ ਤੇ ਨਿਯੁਕਤ ਕਰਮਚਾਰ ਕਿਤੇ ਗਏ ਕਰਮਚਾਰੀਆਂ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 14 ਅਤੇ 16 ਦੇ ਉਪਰੰਤ ਦੇ ਉਪਰੰਤ ਪੱਕੇ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਨਹੀਂ ਹੈਗਾ ਕਿ ਤੁਸੀਂ ਇਹ ਨਹੀਂ ਹੈਗਾ ਕੋਈ ਵੀ ਡੀਸੀ ਰੇਟ ਤੇ ਕਿਸੇ ਨੂੰ ਵੀ ਰੱਖ ਲਓਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਪੱਕੇ ਕਰ ਦੋਗੇ ਇਹ ਜਿਹੜਾ ਹੈਗਾ ਸੰਵਿਧਾਨ ਦੇ ਖਿਲਾਫ ਹੈ ਆਰਟੀਕਲ ਜਿਹੜਾ ਹੈਗਾ 14 ਅਤੇ 16 ਦੇ ਵਿੱਚ ਦੱਸਿਆ ਗਿਆ ਹੈ ਕਿ ਕੋਈ ਵੀ ਜਿਹੜਾ ਹੈਗਾ ਪੱਕੇ ਜੇਕਰ ਮੁਲਾਜ਼ਮ ਤੁਸੀਂ ਕਰਨੇ ਨੇ ਤਾਂ ਜਨਤਾ ਦੇ ਵਿੱਚ ਜਿਹੜਾ ਇhtiyar ਆਉਦਾ ਹੋਣਾ ਜ਼ਰੂਰੀ ਹੈ ਤਾਂ ਕਿ ਸਾਰਿਆਂ ਨੂੰ ਮੌਕਾ ਮਿਲੇ ਸਾਰਿਆਂ ਨੂੰ ਭਰਤੀ ਦੇ ਵਿੱਚ ਦੇਖਣ ਦਾ ਮੌਕਾ ਮਿਲੇ ਇਹ ਨਹੀਂ ਹੈ ਕਿ ਤੁਸੀਂ ਆਪਣੇ ਖਾਸ ਖਾਸ ਬੰਦੇ ਜਿਹੜੇ ਹੈਗੇ ਨੇ ਪਹਿਲਾਂ ਠੇਕੇ ਦੇ ਅਧਾਰ ਤੇ ਤੁਸੀਂ ਭਰਤੀ ਕਰਾ ਲੇ ਉਸ ਤੋਂ ਬਾਅਦ ਉਹਨਾਂ ਨੂੰ ਪੱਕੇ ਕਰਤਾ ਇਹ ਬਾਕੀ ਜਿਹੜੀ ਜਨਤਾ ਹੈ ਉਹਦੇ ਨਾਲ ਨਾ ਇਨਸਾਫੀ ਹੈ ਤਾਂ ਇਸ ਕਰਕੇ ਕਿਹਾ ਹੈ ਜਨਤਕ ਸਾਰਤੂ ਬਿਨਾ ਠੇਕੇ ਦੇ ਅਧਾਰ ਤੇ ਨਿਯੁਕਤ ਕਰਮਚਾਰੀ ਰੈਗੂਲੇਸ਼ਨ ਦਾ ਅਧਿਕਾਰ ਨਹੀਂ ਰੱਖਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੁਣ ਦੇਖਦੇ ਹਾਂ ਆਪਾਂ ਭਵੰਤਮਾਨ ਆਪਣੇ ਜਿਹੜੇ ਸੀਐਮ ਨੇ ਇਹਦੇ ਤੇ ਕੀ ਐਕਸ਼ਨ ਲੈਂਦੇ ਨੇ ਤੇ ਅੱਗੇ ਕੀ ਕਾਰਵਾਈ ਕਰਦੇ ਨੇ ਠੀਕ ਹੈ ਜੀ ਜਲਦੀ ਹੀ ਮਿਲਦੇ ਹਾਂ ਆਪਾਂ ਇੱਕ ਹੋਰ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਆਪਾਂ ਜਲਦੀ ਹੀ ਲੈ ਕੇ ਆ ਜੁੜੇ ਰਹੋ ਸਾਡੇ ਚੈਨਲ ਨਾਲ ਮਿਲਦੇ ਆ ਨੈਕਸਟ ਵੀਡੀਓ ਵਿੱਚ ਧੰਨਵਾਦੀ ਤੁਹਾਡਾ ਸਾਰਿਆਂ ਦਾ ਥੈਂਕ ਯੂ